ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ 'ਚ ਫਿਲਮੀ ਅਦਾਕਾਰ ਧਮੇਂਦਰ ਨੇ ਗੰਗਾਨਗਰ ਤੋਂ ਚੋਣ ਲੜੀ ਸੀ ਅਤੇ ਸੰਨੀ ਦਿਓਲ ਵੀ ਆਪਣੇ ਪਿਤਾ ਵਾਂਗੂ ਹੀ ਚੋਣ ਹਾਰ ਕੇ ਕੰਨਾਂ ਨੂੰ ਹੱਥ ਲਾਉਣਗੇ। ਇਹ ਕੋਈ ਫਿਲਮ ਬਣਾਉਣ ਵਾਲਾ ਕੰਮ ਨਹੀਂ ਹੈ, ਫਿਲਮੀ ਡਾਇਲਾਗ ਨਹੀਂ ਹੈ, ਇਹ ਦੇਸ਼ ਚਲਾਉਣਾ, ਦੇਸ਼ ਚਲਾਉਣਾ। ਸੰਨੀ ਦਿਓਲ ਨਹੀਂ ਚਲਾ ਸਕਦਾ, ਉਹ ਫਿਲਮ ਬਣਾ ਸਕਦਾ, ਫੋਕੇ ਫਾਇਰ ਕਰ ਸਕਦਾ, ਲੋਕਾਂ ਨੂੰ ਫਿਲਮ 'ਚ ਦਿਖਾ ਸਕਦਾ। ਮੈਂ ਪਾਕਿਸਤਾਨ ਲੜ ਰਿਹਾ, ਕਦੇ ਕਦਮ ਦਿਖਾ ਸਕਦਾ, ਕੋਠੇ ਤੋਂ ਛਾਲ ਮਾਰ ਕੇ ਦਿਖਾਵੇ, ਫਿਰ ਹੁਣ ਫਿਰ ਪਤਾ ਲੱਗੂ। ਇਹ ਲੋਕਾਂ ਨੇ ਕੰਮ ਲੈਣੇ ਨੇ, ਲੋਕਾਂ ਨੇ ਤਾਂ 24 ਘੰਟੇ ਘੇਰ ਕੇ ਰੱਖਣਾ। ਇਹ ਤਾਂ ਬਾਬੂ ਐਨਕਾਂ ਕਾਲੀਆਂ ਲਾ ਕੇ ਆਏ ਨੇ। ਪਹਿਲਾਂ ਇਹਦਾ ਬਾਪ ਧਰਮਿੰਦਰ ਗੰਗਾਨਗਰ ਤੋਂ ਚੋਣ ਲੜਿਆ ਸੀ, ਤੋਬਾ ਕਰੀ ਸੀ, ਕਹਿੰਦਾ ਮੈਂ ਹਮ ਤੋ ਇਨਾੜੀ ਹੈ, ਹਮਾਰੇ ਬਸ ਕੀ ਬਾਤ ਨਹੀਂ, ਇਨਕੇ ਬਸ ਕੀ ਬਾਤ ਵੀ ਨਹੀਂ। ਕਿਹਨੂੰ ਜਵਾਬ ਕੇ ਬਰੰਗ ਭੇਜਣਗੇ ਜਿਵੇਂ ਜੇਤਰੀ ਨੂੰ।